नमस्ते, आप देख रहे हैं प्रिंसपीडिया। जगदीश छिंडा ने नई राजनीतिक पार्टी जनता अकाली दल का गठन कर दिया है। आज वह करनाल के एक गुरुद्वारा के अंदर अरदास के लिए पहुंचे और उन्होंने कहा कि 1966 से देश का किसान कर्जदार नहीं था, परंतु देश में अनाज की भारी किल्लत थी। किसान ने देश के भंडार भरने के लिए मेहनत की और खूब अनाज पैदा किया, परंतु खुद कर्जदार हो गया। झिंडा ने कहा, यह कर्जा राष्ट्र निर्माण के लिए उठाया गया कर्जा है, लिहाजा इसका वहन भी राष्ट्र को ही करना चाहिए। नवगठित पार्टी के बारे में बताते हुए उन्होंने कहा कि जनता अकाली दल का जन्म अकाली दल बादल द्वारा किए गए जन विरोधी कार्यों के विरोध में हुआ है। उन्होंने कहा कि जनता अकाली दल देश में नई राजनीतिक सोच लेकर आया है। आइए देखते हैं अपने मुंह से जगदीश झिंडा ने जनता अकाली दल की विचारधारा, उसके गठन के कारणों और कार्यक्षेत्रों के बारे में क्या कुछ बताया। जी, पार्टी बनाने की जरूरत क्यों पड़ी? असा राजनीतिक पार्टी का गठन किया है जिदा अदारा जेड़ा है वो इंटरनेशनल का रखा है, जिदे विच 10 देशों शामिल किया गया है ते हिंदुस्तान दे विचों 11 प्रदेश रहे। पार्टी बनाने की जरूरत इस करके हुई कि ये साड़ी मजबूरी भी है तो साड़ी जरूरत, क्योंकि हरियाणा से गुरुद्वारा प्रबंधक कमेटी का केस सुप्रीम कोर्ट में चल रहा है तो सानू पूरा यकीन तो भरोसा है कि जो सा हरियाणा कमेटी का एक्ट बनया वो बिल्कुल संवैधानिक तौर पर बिल्कुल सही है कि वह साढ़े हक केस होगा। अज तक हाँ जिन्हें हरियाणा से गुरुद्वारा प्रबंधक कमेटी इलेक्शन लड़े वो हरियाणा से गुरुद्वारा प्रबंधक कमेटी के नाम से लड़ रहे, पर जो ये धार्मिक संस्था ਦਾ ਐਕਟ ਪਾਸ ਹੋ ਜਾਏਗਾ ਉਸ ਵਕਤ ਫਿਰ ਅਸੀਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ 'ਤੇ ਇਲੈਕਸ਼ਨ ਨਹੀਂ ਲੜ ਸਕਦੇ। ਇਸ ਕਰਕੇ ਸਾਨੂੰ ਅਕਾਲੀ ਦਲ ਬਣਾ ਕੇ ਇੱਕ ਧਾਰਮਿਕ ਵਿੰਗ ਬਣਾਉਣਾ ਜ਼ਰੂਰੀ ਸੀ, ਇਹ ਸਾਡੀ ਮਜਬੂਰੀ ਸੀ ਕਿ ਅਕਾਲੀ ਦਲ ਹਰਿਆਣਾ ਦੇ ਵਿੱਚ ਵੀ ਖੜਾ ਕੀਤਾ ਜਾਵੇ। ਪਰ ਉਹਦੇ ਨਾਲ ਹਾਂ ਸੋਚਿਆ ਕਿ ਕਿਉਂ ਨਾ ਜੇ ਕੰਮ ਕਰਨਾ ਹੈ ਤਾਂ ਫਿਰ ਇੰਟਰਨੈਸ਼ਨਲ ਲੈਵਲ 'ਤੇ ਕੀਤਾ ਜਾਵੇ। ਇਸ ਕਰਕੇ ਇਹਦਾ ਨਾਂ ਅਸਾਂ ਜਿਹੜਾ ਜਨਤਾ ਅਕਾਲੀ ਦਲ ਰੱਖਿਆ ਅਤੇ ਜਿਹਦਾ ਅਦਾਰਾ ਜਿਹੜਾ ਇੰਟਰਨੈਸ਼ਨਲ। ਸਰ, ਨਾਂ ਇੰਟਰਨੈਸ਼ਨਲ ਰੱਖਿਆ ਹੈ ਅਤੇ ਇੰਟਰਨੈਸ਼ਨਲ ਲੈਵਲ 'ਤੇ ਤੁਹਾਨੂੰ ਕੋਈ ਹੁੰਗਾਰਾ ਮਿਲਿਆ, ਕੁਛ ਲੋਕਾਂ ਨਾਲ ਤੁਹਾਡੇ ਸੰਪਰਕ ਹੋਏ ਨੇ ਲੀਡਰ ਨਾਲ? ਇਸ ਤਰ੍ਹਾਂ ਜੀ, ਇੰਟਰਨੈਸ਼ਨਲ ਲੈਵਲ 'ਤੇ ਅਸਾਂ ਕਈ ਦੇਸ਼ਾਂ ਦੇ ਪ੍ਰਧਾਨ ਵੀ ਨਿਯੁਕਤ ਕਰ ਦਿੱਤੇ ਨੇ, ਹਿੰਦੁਸਤਾਨ ਦੇ ਵੀ ਪ੍ਰਧਾਨ ਨਿਯੁਕਤ ਕਰ ਦਿੱਤੇ ਨੇ ਸਟੇਟਾਂ 'ਚ। ਸਾਨੂੰ ਬਹੁਤ ਵੱਡਾ ਜਨਤਾ ਅਕਾਲੀ ਦਲ ਨੂੰ ਹੁਲਾਰਾ ਮਿਲਿਆ। ਕੱਲ੍ਹ ਹੀ ਅਸੀਂ ਅਨਾਊਂਸਮੈਂਟ ਕਰਕੇ ਆਏ ਹਾਂ ਅਤੇ ਸ਼ਾਮ ਤੱਕ ਦੂਜੀਆਂ ਰਾਜਨੀਤਿਕ ਪਾਰਟੀਆਂ ਦੇ ਪੰਜਾਬ ਦੇ ਲੋਕ, ਹਿਮਾਚਲ ਦੇ ਲੋਕ, ਜੰਮੂ ਕਸ਼ਮੀਰ ਦੇ ਲੋਕ, ਇੱਥੋਂ ਤੱਕ ਕਿ ਬੰਬਈ ਦੇ ਲੋਕ, ਰਾਜਸਥਾਨ ਦੇ ਲੋਕ, ਮੱਧ ਪ੍ਰਦੇਸ਼ ਦੇ ਲੋਕ, ਕਈਆਂ ਨੇ ਮੈਨੂੰ ਫੋਨ ਕਰਕੇ ਕਿਹਾ ਹੈ ਵੀ ਅਸੀਂ ਇਸ ਪਾਰਟੀ ਦੇ ਨਾਲ ਕੰਮ ਕਰਨਾ ਚਾਹੁੰਦੇ ਹਾਂ ਅਤੇ ਸਾਨੂੰ ਇਸੇ ਵਾਰਾ ਮੌਕਾ ਦਿੱਤਾ ਗਿਆ। ਮੈਂ ਮਹਿਸੂਸ ਕਰਨਾ ਹਾਂ ਕਿ ਅਕਾਲੀ ਦਲ ਸ਼ਬਦ ਰਾਜਨੀਤਿਕ ਪਾਰਟੀਆਂ ਨੇ ਜਿਹਨਾਂ ਸ਼੍ਰੋਮਣੀ ਅਕਾਲੀ ਦਲ ਰੱਖਿਆ, ਪਰ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਇੰਨਾ ਬਦਨਾਮ ਕਰਤਾ, ਇੰਨਾ ਗਿਰਾਵਟ ਕਰ ਦਿੱਤਾ ਕਿ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੋਂ ਹੀ ਲੋਕ ਪਿੱਛੇ ਹਟਣ ਲੱਗ ਪਏ ਨੇ, ਕੇਵਲ ਅਤੇ ਕੇਵਲ ਇਸ ਕਰਕੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੋਟਾਂ ਤਾਂ ਸਿੱਖ ਪੰਥ ਦੇ ਨਾਂ 'ਤੇ ਲਈਆਂ, ਪਰ ਕੰਮ ਜਿਹੜੇ ਨੇ ਉਹਨਾਂ ਦੇ ਇੰਨੇ ਮਾੜੇ ਕੀਤੇ ਕਿ ਖਾਲਸਾ ਪੰਥ ਨੂੰ ਉਹਨਾਂ ਤਬਾਹ ਕਰਕੇ ਰੱਖ ਦਿੱਤੇ। ਇਹਨੂੰ ਵੀ ਕਈਆਂ ਰਾਏ ਦਿੱਤੀ ਕਿ ਰਾਜਨੀਤਿਕ ਪਾਰਟੀ ਦਾ ਨਾਂ ਅਕਾਲੀ ਦਲ ਨਾ ਰੱਖਿਆ ਜਾਏ, ਹਿਮਾਚਲ ਦੇ ਲੋਕਾਂ ਨੇ ਰਾਏ ਦਿੱਤੀ, ਜੰਮੂ ਕਸ਼ਮੀਰ ਦੇ ਲੋਕਾਂ ਨੇ ਰਾਏ ਦਿੱਤੀ, ਖੁਦ ਹਰਿਆਣੇ ਦੇ ਲੋਕਾਂ ਨੇ ਮੈਨੂੰ ਰਾਏ ਦਿੱਤੀ, ਕਈ ਦਿੱਲੀ ਦੇ ਲੋਕਾਂ ਨੇ ਮੈਨੂੰ ਰਾਏ ਦਿੱਤੀ ਕਿ ਇਹਦਾ ਨਾਂ ਅਕਾਲੀ ਦਲ ਨਾ ਰੱਖਿਆ ਜਾਏ, ਕਿਉਂਕਿ ਅਕਾਲੀ ਦਲ ਬਹੁਤ ਨਾਮ ਬਦਨਾਮ ਹੋ ਚੁੱਕਾ ਹੈ। ਮੈਂ ਇਸੇ ਕਰਕੇ ਅਕਾਲੀ ਦਲ ਦਾ ਨਾਂ ਦੁਨੀਆਂ ਦੇ ਵਿੱਚ ਉੱਚਾ ਹੋਵੇ, ਅਕਾਲੀ ਦਲ ਦੇ ਨਾਂ ਦਾ ਮਾਣ ਸਨਮਾਨ ਹੋਵੇ, ਅਕਾਲੀ ਦਲ ਦੇ ਇੰਨੇ ਵਧੀਆ ਅਸੂਲ ਹੋਣ ਜਿਹਦੇ ਨਾਲ ਫਿਰ ਅਕਾਲੀ ਦਲ ਜਿਹੜਾ ਸ਼ਬਦ ਹੈ ਉਹ ਸਿੱਖ ਕੌਮ ਵਿੱਚ ਦੁਨੀਆਂ ਭਰ ਦੇ ਲੋਕਾਂ ਦੇ ਵਿੱਚ ਇੱਕ ਸਨਮਾਨ ਦੇ ਤੌਰ 'ਤੇ ਵੇਖਿਆ ਅਤੇ ਇਹਦੀ ਜਿਹੜੀ ਅਸਾਂ ਸ਼ੁਰੂਆਤ ਕੀਤੀ ਹੈ। ਇਸੇ ਕਰਕੇ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਬਣਾਏ ਹੋਏ ਅਕਾਲ ਤਖਤ ਸਾਹਿਬ 'ਤੇ ਅਰਦਾਸ ਕਰਕੇ ਕੀਤੀ ਹੈ ਅਤੇ ਅਰਦਾਸ ਕਰਨ ਤੋਂ ਪਹਿਲਾਂ ਮੈਂ ਜਿਸ ਤਰ੍ਹਾਂ ਇੱਕ ਘੰਟਾ ਗੁਰਦੁਆਰਾ ਸਾਹਿਬ ਹਰਿਮੰਦਰ ਸਾਹਿਬ ਕੀਰਤਨ ਸੁਣਿਆ, ਇੱਕ ਘੰਟਾ ਪ੍ਰਸ਼ਾਦ ਦੀ ਸੇਵਾ ਕੀਤੀ, ਇੱਕ ਘੰਟਾ ਜੋੜਿਆਂ ਦੀ ਸੇਵਾ ਕੀਤੀ, ਇੱਕ ਘੰਟਾ ਬਰਤਨਾਂ ਦੀ ਸੇਵਾ ਕਰਨ ਤੋਂ ਬਾਅਦ ਹੀ ਹਰਿਮੰਦਰ ਸਾਹਿਬ ਦੀ ਸਾਰੀ ਸੰਗਤਾਂ ਸਮੇਤ ਸਤਨਾਮ ਵਾਹਿਗੁਰੂ ਜਾਪ ਕਰਦੇ ਹੋਏ ਪਰਿਕਰਮਾ ਕਰਕੇ ਉਸ ਤੋਂ ਬਾਅਦ ਅਕਾਲ ਤਖਤ ਸਾਹਿਬ ਆ ਕੇ ਜਨਤਾ ਅਕਾਲੀ ਦਲ ਦੀ ਘੋਸ਼ਣਾ ਕੀਤੀ ਅਤੇ ਜਨਤਾ ਅਕਾਲੀ ਦਲ ਦੀ ਅਰਦਾਸ ਕਰਕੇ ਅਤੇ ਪਾਰਟੀ। ਸਰ, ਤੁਸੀਂ ਕਿਹਾ ਮੰਗਦੇ ਰਹੇ ਅਕਾਲੀ ਦਲ, ਪਰ ਉਹਦੇ ਵਿੱਚ ਸਿੱਖ ਕੌਮ ਨੂੰ ਹੀ ਇਹਨਾਂ ਨੇ ਇੰਨਾ ਗਿਰਾਵਟ ਵਿੱਚ ਲੈ ਆਉਂਦਾ ਅਤੇ ਇਹਨਾਂ ਅਕਾਲੀ ਦਲ ਦੇ ਅਸੂਲਾਂ ਤੋਂ ਡਿੱਗ ਗਏ ਜਿਹੜੇ ਅਸੂਲ ਹੋਣੇ ਚਾਹੀਦੇ ਸਨ,
सिर्फ अपनी कुर्सी बनाने वास्ते सिख कौम खालसा पंथ को बदनाम करता कि सिख ही साढ़े अकाली दल के नाम तो नफरत करना। तो सर यह जी अकाली दल है यह सिखा वास्ते काम करेगी या दूजे धर्म या जातियों के लोगों को लैके एजेंडा की रहेगा कि सिख सेंटर्ड है सिख सेंटर्ड है या मतलब कि एक राजनीतिक जो प्रोपर जो तरीके काम करती उस तरीके पार्टी इस तरह जी असी चौवे धर्मों के लोगों के इकट्ठे हुए जिद मुसलमान सिख ईसाई तो हिंदू धर्म के लोग भी सन चौवे धर्मों के लोगों ने अरदास में शामिल हुए यदा ना जनता है यदा जोड़ा मोटो है वो आप रखे जोड़ा मोटो है वो होगा ये फॉर टू द पीपल बाई द पीपल फॉर द पीपल यदा हिंदी पंजाबी से मतलब बनता है कि ये जनता का है जनता द्वारा ही बनाया गया है तो जनता लिए ही काम कर ये मोटो है साढ़ा पर ये आप एक वक्री राजनीति राजनीति परिवर्तन धर्मी और मोर्चा शुरू कर जा रहे हैं जो नारा है पार्टी का वो ये कि साडा पिंड तो साडा राज साडा शहर तो साडी सरकार इहदा सीधा सीधा मतलब ये वे कि हुण पिंडां दे विच ते शहरां तो राज चलेगा ना कि चंडीगढ़ ते दिल्ली दे लोग राज चलाणगे अपने कोल वोटां लै के पिंडां दे शहरां दे लोकी वोटां पाउंदे ने पर राज दे मालक जिहड़े बणदे ने वो जा के दिल्ली ते चंडीगढ़ तों हुकम करन लग पैंदे ने इहदे बिल्कुल उल्ट होवेगा जो भी कोई विधायक जां एमपी जां मंत्री बनेगा वह पिंडा तो सीध लेके जिस तरह पिंडा की जनता चाहेगी उस तरह राज चलेगा ना कि उन्होंने हुक्म चलन गए चलेगा संविधान के मुताबिक पर चलेगा पिंडा तो शहर तो यह सैक्शन 72 तो सैक्शन 73 साढ़े संविधान के स्पष्ट किया गया कि डेमोक्रेसी के हिंदुस्तान की डेमोक्रेसी के सैक्शन 72 तो 73 क्लीयर करता है कि पिंड की जी इकाई है वो ही राज की मालिक है शहर की जी इकाई है वह ही राज की मालिक है कोई फैसला लेंदा है तो सरकार को मनना पेगा जो पिंड ग्राम सभा की कोई फैसला लेंदा है तो वह भी राज मनना पेगा आप सिस्टम लागू सर जो तुम तो पहले दूजी पार्टियां किसी राजनीतिक पार्टियां संबंध सन या कुछ दस्ता है सी या नहीं सी कि वह सारिया हम समाप्त हो के तुम अपनी पार्टी जुड़ रहे हो दूजे यानी कि अपनी कोई सदस्य इस तरह जी मैं अपना जीवन ही किसानों से शुरू किया एक किसान यूनियन का मैं प्रधान भी रहा उस तो बाद मैं अज तक कोई पार्टी ज्वाइन नहीं की कुछ चिर मैं वैसे होर पार्टियां भी काम किया पर कांग्रेस पार्टी वास्ते मैं पिछले दो प्लान उन्होंने अमदार की वो बदले साडा उन्होंने फैसला सी कि तुसी हरियाणा सिख गुरुद्वारा प्रबंधक कमेटी का एक्ट हरियाणा बना के दोगे हक दवाओगे तो असं तुहाड़ी इलैक्शन अमदार करांगे साडे संबंध उन्होंने इतों तक सन मैं कभी भी किसी पार्टी का कोई मैंबर रहा।